ਇੱਕ ਨਾ ਫੇਲ ਹੋਣ ਤੋਂ ਵੀ ਵੱਡਾ ਡਰ ਹੈਗਾ, ਉਹ ਹੈਗਾ ਕਿ ਲੋਕਾਂ ਨੂੰ ਫੇਸ ਕਰਨਾ ਫੇਲ ਹੋਣ ਤੋਂ ਬਾਅਦ। ਅਸੀਂ ਇਸ ਡਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹਿੰਦੇ ਹਾਂ ਆਪਣੀ ਅਸਲ ਜ਼ਿੰਦਗੀ ਦੇ ਵਿੱਚ। ਜਿਹੜੇ ਮਾਰਕੀਟਿੰਗ ਦੀ ਜੌਬ ਕਰਦੇ ਨੇ ਨਾ, ਉਹਨਾਂ ਦੇ ਵਿੱਚ ਇੱਕ ਕੁਆਲਿਟੀ ਪੈਦਾ ਹੁੰਦੀ ਆ, ਚਾਹੇ ਅਣਜਾਣੇ ਦੇ ਵਿੱਚ ਹੋਵੇ ਚਾਹੇ ਜਾਣੇ ਦੇ ਵਿੱਚ ਹੋਵੇ, ਕਿ ਤਾਂ ਜਦੋਂ ਕੋਈ ਬੰਦਾ ਮਾਰਕੀਟਿੰਗ ਦੇ ਵਿੱਚ ਜਾਂਦਾ ਨਾ, ਤਾਂ ਜਿਹੜੀ ਨਾ ਸੁਣਨ ਦੀ ਆਦਤ ਉਹਨੂੰ ਪੈ ਜਾਂਦੀ ਹੈ। ਦੇਖੋ, ਇਹ ਲਾਅ ਆਫ ਐਵਰੇਜ ਹੈ। ਜੇ ਤੁਸੀਂ 10 ਬੰਦਿਆਂ ਕੋਲ ਕਿਸੇ ਗੱਲ ਬਾਰੇ ਗੱਲ ਕਰੋਗੇ ਤਾਂ ਉਹਨਾਂ ਦੇ ਵਿੱਚੋਂ 5-6 ਨਿਊਟਰਲ ਹੋਣਗੇ, 2-3 ਤੁਹਾਨੂੰ ਮਨਾ ਕਰ ਦੇਣਗੇ ਅਤੇ 2-3 ਤੁਹਾਡੇ ਨਾਲ ਸਹਿਮਤ ਹੋਣਗੇ। ਇਹ ਗੱਲ ਤੁਸੀਂ ਚਾਹੇ ਕਿਸੇ ਨਾਲ ਨੋਰਮਲ ਗੱਲ ਬਾਰੇ ਗੱਲ ਕਰਕੇ ਦੇਖ ਲਓ, ਕੋਈ ਪ੍ਰੋਡਕਟ ਵੇਚ ਕੇ ਦੇਖ ਲਓ, ਕੁਛ ਵੀ ਵੇਚ ਲਓ, ਚਾਹੇ ਤੁਸੀਂ 5 ਰੁਪਏ ਦੀ ਚੀਜ਼ ਵੇਚ ਲਓ, ਚਾਹੇ 50 ਲੱਖ ਦੀ ਵੇਚ ਲਓ, ਇਹ ਲਾਅ ਆਫ ਐਵਰੇਜ ਆ। ਤਾਂ ਅਸੀਂ ਇਹ ਸਾਰੀਆਂ ਚੀਜ਼ਾਂ ਤੋਂ ਡਰਦੇ ਹਾਂ। ਤਾਂ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈਗਾ ਤਾਂ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਇਹ ਹਿਚਕਿਚਾਹਟ ਹੈ, ਇਹ ਤੋਂ ਪਾਸਾ ਵੱਟ ਕੇ ਇਹ ਤੋਂ ਦੂਰ ਹੋਣਾ ਪਊਗਾ। ਉਹਦੇ ਵਾਸਤੇ ਤੁਸੀਂ ਕੁਛ ਵੀ ਕਰ ਸਕਦੇ ਹੋ, ਤੁਸੀਂ ਕੋਈ ਮਾਰਕੀਟਿੰਗ ਦੀ ਜੌਬ ਕਰ ਸਕਦੇ ਹੋ, ਜਾਂ ਆਪਣੇ ਲੈਵਲ 'ਤੇ ਕੁਛ ਲੋਕਾਂ ਨਾਲ ਗੱਲ ਕਰਕੇ ਦੇਖ ਸਕਦੇ ਹੋ। ਤੁਹਾਨੂੰ ਆਪੇ ਆਈਡੀਆ ਹੋ ਜਾਊਗਾ ਕਿ 10 ਦੇ ਵਿੱਚੋਂ 2-3-4 ਨਾ ਮਿਲਣੀਆਂ ਪੱਕੀਆਂ ਨੇ, ਕੁਝ ਬੰਦਿਆਂ ਨੇ ਨਿਊਟਰਲ ਰਹਿਣਾ, ਤਾਂ ਉਹਨਾਂ ਦੀ ਬੋਦਰੇਸ਼ਨ ਨਹੀਂ ਲੈਣੀ। ਅਸੀਂ ਜੋ ਕਰਨਾ ਚਾਹੁੰਦੇ ਹਾਂ ਕਰੋ, ਤਾਂ ਕਿਸੇ ਵੀ ਕੰਮ ਕਰਨ ਤੋਂ ਡਰਨਾ ਨਹੀਂ ਹੈਗਾ। ਉਮੀਦ ਹੈ ਗੱਲ ਚੰਗੀ ਲੱਗੀ।